ਅਸੀਂ ਹਰ ਰੋਜ਼ ਨਵੀਂ ਤੋਂ ਨਵੀਂ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਸਟੂਡੈਂਟ ਹਰ ਕਿਸੇ ਸਟੂਡੈਂਟ ਦਾ ਵੱਖਰਾ ਵੱਖਰਾ ਸਵਾਲ ਹੁੰਦਾ ਵੱਖਰੇ ਵੱਖਰੇ ਡਾਊਟ ਹੁੰਦੇ ਆ ਹਰ ਜੇਕਰ ਤੁਹਾਡਾ ਵੀਜ਼ਾ ਕਿਸੇ ਕੰਟਰੀ ਤੋਂ ਰਿਫਿਊਜ਼ ਹੋਇਆ ਵਾ ਤੁਹਾਡੇ ਆਇਲਸ ਦੇ ਵਿੱਚ ਬੈਂਡ ਨਹੀਂ ਆ ਰਹੇ ਕੋਈ ਵੀ ਤੁਹਾਡੇ ਮਨ ਦੇ ਵਿੱਚ ਕਨੇਡਾ ਜਾਣ ਸੰਬੰਧੀ ਸਵਾਲ ਹੈਗਾ ਤੁਸੀਂ ਸਾਨੂੰ ਹੁਣੇ ਲਾਈਵ ਕਾਲ ਕਰਕੇ ਜਾਂ ਆਪਣਾ ਮੈਸੇਜ ਦੇ ਕੇ ਸਾਡੇ ਨਾਲ ਜਾਣਕਾਰੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਚੈਟ ਵਿੰਡੋ ਤੁਹਾਨੂੰ ਦਿੱਤੀ ਹੋਈ ਹੈ ਅਤੇ ਤੁਸੀਂ ਆਪਣਾ ਕੰਸਰਨ ਲਿਖੋ ਜੋ ਵੀ ਕੰਸਰਨ ਹੋਏਗਾ ਸਾਡੀ ਦਿੱਤਾ ਜਾਏ ਅੱਜ ਐਸ ਡੀ ਐਸ ਔਰ ਨਹੀਂ ਪਤਾ ਲੱਗਦਾ ਕਿੱਦਾਂ ਹੋਣਾ ਟਾਈਪ ਯੂਅਰ ਕੁਐਸਚਨ ਜੇਕਰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਤੁਹਾਨੂੰ ਵੀਜ਼ਾ ਸੰਬੰਧੀ ਤੁਸੀਂ ਲਾਈਵ ਹੁਣੇ ਮੇਰੇ ਨਾਲ ਆਪਣੇ ਕੁਐਸਚਨ ਲਿਖ ਕੇ ਜਵਾਬ ਲੈ ਸਕਦੇ ਜੀ ਅੱਜ ਹੁੰਦਾ ਕੀ ਪਿਆ ਵਾ ਕਿ ਸਿਕਸ ਬੈਂਡ ਈ ਚ ਕਰ ਦਿੱਤੇ ਗਏ ਆ ਐਸ ਡੀ ਐਸ ਵੀਜ਼ਾ ਲਈ ਹੁਣ ਵੀਜ਼ਾ ਤਿੰਨ ਤਰ੍ਹਾਂ ਮਿਲਦਾ ਪਿਆ ਐਸ ਡੀ ਐਸ 'ਚ ਮਿਲਦਾ ਪਿਆ ਜਨਰਲ 'ਚ ਮਿਲਦਾ ਪਿਆ ਜਾਂ ਯੂਨੀਵਰਸਿਟੀ ਦੇ ਤਰ੍ਹਾਂ ਹੁਣ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਕੈਟਾਗਰੀ ਦੀ ਚੈੱਕਲਿਸਟ ਨੂੰ ਫੋਲੋ ਕਰਨਾ ਪੈਂਦਾ ਪ੍ਰਾਈਵੇਟ ਕਾਲਜ ਦੇ ਵਿੱਚ ਜਨਰਲ ਨੂੰ ਫੋਲੋ ਕਰਨਾ ਪੈਂਦਾ ਐਸ ਡੀ ਐਸ ਦੇ ਵਿੱਚ ਐਸ ਡੀ ਐਸ ਨੂੰ ਫੋਲੋ ਕਰਨਾ ਪੈਂਦਾ ਹੁਣ ਅਸੀਂ ਇਹ ਕੰਮ ਰੋਜ਼ ਕਰਦੇ ਹਾਂ ਸਾਡਾ ਵਪਾਰ ਹੈ ਇਸ ਕਰਕੇ ਸਾਨੂੰ ਇੱਕ ਆਮ ਸਟੂਡੈਂਟ ਨਾਲੋਂ ਥੋੜ੍ਹੀ ਜਿਹੀ ਜ਼ਿਆਦਾ ਜਾਣਕਾਰੀ ਹੁੰਦੀ ਹੈ ਕਿਉਂਕਿ ਰੋਜ਼ ਫਾਈਲਾਂ ਲੱਗਦੀਆਂ ਪਈਆਂ ਰੋਜ਼ ਰਿਜ਼ਲਟ ਆਉਂਦਾ ਪਿਆ ਹੁਣ ਜਦੋਂ ਤੁਸੀਂ ਪਹਿਲੀ ਵਾਰੀ ਫਾਈਲ ਲਾਉਣੀ ਹੈ ਤਾਂ ਤੁਸੀਂ ਕਨਫਿਊਜ਼ ਜੇ ਕਿ ਕਿੱਦਾਂ ਬਣੇਗਾ ਕਿੱਦਾਂ ਵੀਜ਼ਾ ਹੋਏਗਾ ਵੀਜ਼ਾ ਆਉਣਾ ਹੈ ਵੀਜ਼ਾ ਨਹੀਂ ਆਉਣਾ ਰਿਕੁਆਇਰਮੈਂਟ ਸਿਕਸ ਈਚ ਸਾਰੇ ਕਾਲਜਾਂ ਵੱਲੋਂ ਕਰ ਦਿੱਤੀ ਗਈ ਜਿੰਨੇ ਵੀ ਸਰਕਾਰੀ ਕਾਲਜ ਸੀਗੇ ਯੂਨੀਵਰਸਿਟੀਆਂ ਸੀਗੀਆਂ ਸਾਰਿਆਂ ਵੱਲੋਂ ਸਿਕਸ ਈਚ ਰਿਕੁਆਇਰਮੈਂਟ ਕਰ ਦਿੱਤੀ ਗਈ ਰੀਜ਼ਨ ਕੀ ਸੀਗਾ ਸਿਕਸ ਈਚ ਦੇ ਪਿੱਛੇ ਕਿ ਐਸ ਡੀ ਐਸ ਤੋਂ ਕਾਮਯਾਬ ਕਰਨਾ ਸੀਗਾ ਬਟ ਅੱਜ ਜਿਹਦੇ ਸਿਕਸ ਈਚ ਨਹੀਂ ਆ ਰਹੇ ਉਹ ਬੱਚਾ ਪਰੇਸ਼ਾਨ ਹੈ ਉਹਨੂੰ ਨਹੀਂ ਸਮਝ ਲੱਗਦਾ ਪਿਆ ਕੀ ਬਣੇਗਾ ਕੀ ਨਹੀਂ ਬਣੇਗਾ ਤੁਸੀਂ ਜੋ ਵੀ ਸਵਾਲ ਲਿਖਦੇ ਹੋ ਮੈਂ ਨਾਲ ਦੀ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਅੱਜ ਸਿਕਸ ਈਚ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਜੇਕਰ ਤੁਹਾਡੇ ਸਿਕਸ ਈਚ ਹੈ ਤਾਂ ਤੁਹਾਡੀ ਫਾਈਲ ਐਸ ਡੀ ਐਸ 'ਚ ਲੱਗਦੀ ਹੈ ਜੇਕਰ ਸਿਕਸ ਈਚ ਨਹੀਂ ਹੈ ਤਾਂ ਫਾਈਲ ਜਨਰਲ 'ਚ ਲੱਗਦੀ ਹੈ ਰਿਜ਼ਲਟ ਦਾ ਵੱਖਰੇ ਵੱਖਰੇ ਤਰੀਕੇ ਨਾਲ ਵੱਖਰੇ ਵੱਖਰੇ ਰਿਜ਼ਲਟਾਂ ਦਾ ਰਿਜ਼ਲਟ ਮਿਲਦੇ ਪਏ ਆ ਲੋਕਾਂ ਨੂੰ ਮੇਰੀ ਕੱਲ੍ਹ ਕਿਸੇ ਨਾਲ ਗੱਲ ਹੋ ਰਹੀ ਸੀ ਸ਼ਾਮ ਨੂੰ ਦਿੱਲੀ ਦੇ ਵਿੱਚ ਜਿੱਥੇ ਕਿ ਮੈਕਸੀਮਮ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋ ਰਹੇ ਆ ਸੇਮ ਪੁਜੀਸ਼ਨ ਹੈਦਰਾਬਾਦ ਦੇ ਵਿੱਚ ਹੈ ਇਹੀ ਪੁਜੀਸ਼ਨ ਅਹਿਮਦਾਬਾਦ ਦੇ ਵਿੱਚ ਹੈ ਗੁਜਰਾਤ ਦੇ ਵਿੱਚ ਕਿ ਸਿਕਸ ਈਚ ਵਾਲੇ ਬੱਚੇ ਨੂੰ ਤਾਂ ਵੀਜ਼ਾ ਮਿਲਦਾ ਪਿਆ ਜਿਹਦੇ ਸਿਕਸ ਈਚ ਨਹੀਂ ਉਹ ਫਾਈਲਾਂ ਰਿਫਿਊਜ਼ ਹੋ ਰਹੀਆਂ ਹੁਣ ਦੇਖਣ ਦੀ ਲੋੜ ਹੈ ਅਪਲਾਈ ਕਰਦੇ ਪਏ ਹਾਂ ਇਕੱਲੇ ਬੈਂਡ ਦੇ ਉੱਤੇ ਕੇਸ ਨਹੀਂ ਡਿਪੈਂਡ ਕਰਦਾ ਗੈਪ ਵੀ ਹੁੰਦਾ ਵਾ ਸਟੂਡੈਂਟਸ ਦਾ ਜਸਟੀਫਿਕੇਸ਼ਨ ਵੀ ਦੇਣੀ ਪੈਂਦੀ ਹੈ ਤੁਹਾਨੂੰ ਐਸ ਓ ਪੀ ਲਿਖਣੀ ਪੈਂਦੀ ਹੈ ਹਰ ਸਟੂਡੈਂਟ ਹਰ ਕੁਛ ਨਹੀਂ ਲਿਖਦਾ ਪਹਿਲਾਂ ਸਵਾਲ ਲੈ ਲਈਏ ਵੀ ਜਿਹੜੇ ਜਿਹੜੇ ਲੋਕਾਂ ਨੇ ਇੱਕ ਸਵਾਲ ਪੁੱਛੇ ਆ ਪਰਮਜੀਤ ਸਿੰਘ ਲਿਖਦੇ ਨੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਰਮਜੀਤ ਭਾਜੀ ਜਨਵਰੀ ਦਾ ਕੁਛ ਪੁੱਛ ਰਹੇ ਜੇ ਕੋਈ ਰਿਜ਼ਲਟ ਨਹੀਂ ਆਇਆ ਰਿਜ਼ਲਟ ਬਹੁਤ ਆਇਆ ਸਰ ਜਦੋਂ ਤੱਕ ਕੋਈ ਬੱਚਾ ਚੜ੍ਹ ਨਹੀਂ ਜਾਂਦਾ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਦਾ ਪ੍ਰਾਈਵੇਸੀ ਹੁੰਦੀ ਹੈ ਕਿਸੇ ਦਾ ਵੀਡੀਓ ਜਿਹੜੀ ਫੋਟੋ ਅਸੀਂ ਉਦੋਂ ਤੱਕ ਨਹੀਂ ਸ਼ੋਅ ਕਰਦੇ ਜਦੋਂ ਤੱਕ ਅਗਲਾ ਤਰੀਕੇ ਨਾਲ ਪਹੁੰਚ ਨਹੀਂ ਜਾਂਦਾ ਪਤਾ ਤੁਹਾਨੂੰ ਵੀ ਲਾਕਡਾਊਨ ਹਰ ਬੰਦੇ ਦੀ ਹੁੰਦੀ ਹੈ ਅਗਲਾ ਕਹਿੰਦਾ ਕੋਈ ਨਹੀਂ ਇਹਦੇ ਵਿੱਚ ਬਚੋਗੇ ਇਸ ਤਰੀਕੇ ਤੋਂ ਚੜ੍ਹ ਨਹੀਂ ਜਾਂਦੇ ਇਸ ਕਰਕੇ ਬੱਚੇ ਦਾ ਜੇ ਟੈਸਟੀਮੋਨੀਅਲ ਯੂਜ਼ ਕਰਨਾ ਤਾਂ ਘੱਟੋ ਘੱਟ ਉਦੋਂ ਕੀਤਾ ਜਾਏ ਜਦੋਂ ਬੱਚਾ ਪਹੁੰਚ ਜਾਂਦਾ ਰੌਕੀ ਮੈਗ ਲਿਖਦੇ ਨੇ ਵਿਦਾਊਟ ਆਇਲਸ ਪੀ ਆਰ ਕੇ ਲੀਏ ਤੁਮਨੇ ਜੋ ਐਡ ਦੀ ਥੀ ਦੇਖੋ ਰੌਕੀ ਮਾਤ ਜੀ ਹਮਨੇ ਜੋ ਐਡ ਦੀ ਥੀ ਉਸਕੋ ਅੱਛੇ ਤਰ੍ਹਾਂ ਸੇ ਸੁਣੋ ਹੁੰਦਾ ਕੀ ਹੈ ਲੋਕੀ ਮਜ਼ੂਰੀ ਦੇਖਦੇ ਆ ਤੇ ਨਾਲ ਦੀ ਨਾਲ ਭੱਜੇ ਜਾਂਦੇ ਆ ਪਤਾ ਨੀ ਜਹਾਜ਼ ਖੜਾ ਜਾ ਰਿਕੁਆਇਰਮੈਂਟ ਹਰ ਇੱਕ ਸਟੂਡੈਂਟ ਦੀ ਹਰ ਇੱਕ ਇਨਸਾਨ ਦੀ ਜੇਕਰ ਤੁਸੀਂ ਪਲੱਸ ਟੂ ਪੜ੍ਹੇ ਹੋ ਤਾਂ ਰਿਕੁਆਇਰਮੈਂਟ ਕੁਛ ਹੋਰ ਹੈ ਜੇਕਰ ਤੁਸੀਂ ਬੈਚਲਰ ਕੀਤੀ ਹੈ ਤਾਂ ਰਿਕੁਆਇਰਮੈਂਟ ਕੁਛ ਹੋਰ ਹੈ ਤੁਹਾਡੇ ਕੋਲ 4 ਸਾਲ ਦਾ ਐਕਸਪੀਰੀਅੰਸ ਹੈ ਰਿਕੁਆਇਰਮੈਂਟ ਹੋਰ ਹੈ ਤੁਸੀਂ ਪੀ ਆਰ 'ਤੇ ਜਾਣਾ ਚਾਹੁੰਦੇ ਹੋ ਤੁਸੀਂ ਐਕਸਪ੍ਰੈਸ ਐਂਟਰੀ ਪੀ ਆਰ ਅਪਲਾਈ ਕਰਕੇ ਕੰਮ ਕਰ ਸਕਦੇ ਹੋ
ਤੁਹਾਨੂੰ ਮੈਡੀਕਲ ਫੈਸਿਲਿਟੀ ਮਿਲਦੀ ਹੈ, ਹੋਰ ਸਹੂਲਤਾਂ ਸਹੂਲਤਾਂ ਜੋ ਕੈਨੇਡੀਅਨ ਸਰਕਾਰ ਵਿੱਚ ਮਿਲਦੀ ਹੈ। ਬਾਕੀ ਪੀਆਰ ਦੀ ਗੱਲ ਕਰੀਏ ਤਾਂ ਹਰ ਬੱਚਾ ਅੱਜ ਪੀਆਰ ਲੈਣ ਲਾਲਚ ਦੇ ਵਿੱਚ ਬਾਹਰ ਜਾਂਦਾ, ਜਿਹਦੇ ਕਿਸੇ ਦੇ ਬੈਂਡ ਚੰਗੇ ਆ ਉਹਦੀ ਪੀਆਰ ਜ਼ਰੂਰ ਹੁੰਦੀ ਹੈ। ਜਿਨ੍ਹਾਂ ਨੇ ਵੀ ਆ ਜਿੰਨੇ ਕੁ ਲੋਕ ਲਾਈਵ ਨੇ ਸਾਡੇ ਨਾਲ ਲਾਈਵ ਇਸ ਟਾਈਮ 60 ਲੋਕ ਲਾਈਵ ਨੇ, ਕਿ ਜੇਕਰ ਕੋਸ਼ਿਸ਼ ਕਰੋ ਮੇਰੇ ਕੋਲ ਕਾਲ ਨਹੀਂ ਵੀ ਪਿੱਕ ਹੋ ਰਹੀ ਹੈ, ਤੁਸੀਂ ਘੱਟੋ ਘੱਟ ਮੈਨੂੰ ਟੌਪਿਕ ਵੱਖਰੇ ਵੱਖਰੇ ਹੁੰਦੇ ਆ, ਇੱਥੇ ਮੈਂ ਕੋਈ ਯਾਦ ਕਰਕੇ ਨਹੀਂ ਬੈਠਾ ਵੀ ਮੈਂ ਤੁਹਾਨੂੰ ਕੀ ਦੱਸਣਾ ਅਤੇ ਕੀ ਨਹੀਂ ਦੱਸਣਾ। ਅਲਟੀਮੇਟਲੀ ਅੱਜ ਵੀਜ਼ਾ ਦਾ ਜਿਹੜਾ ਇਸ਼ੂ ਹੈ ਬਹੁਤ ਵੱਡਾ ਹੋਇਆ ਦਾ, ਵੀਜ਼ੇ ਰਿਫਿਊਜ਼ ਬਹੁਤ ਜ਼ਿਆਦਾ ਹੋ ਰਹੇ ਆ, ਬਟ ਸਟੂਡੈਂਟ ਵੀ ਕਿਤੇ ਨਾ ਕਿਤੇ ਅਵੇਅਰ ਨਹੀਂ ਹੈਗਾ, ਜਿੱਦਾਂ ਕਿਸੇ ਨੂੰ ਗਾਈਡ ਕੀਤਾ ਜਾਂਦਾ ਉੱਦਾਂ ਹੋਈ ਜਾ ਰਿਹਾ। ਥੋੜ੍ਹੀ ਦੇਰ ਪਹਿਲਾਂ ਹੀ ਸਟੂਡੈਂਟ ਮੇਰੇ ਕਲਿੱਕ ਹੋ ਕੇ ਗਿਆ ਵਾ, ਅਤੇ 150 ਸਟੂਡੈਂਟ ਇਕੱਠਾ ਰਿਫਿਊਜ਼ ਹੋਇਆ ਵਾ ਕਿਸੇ ਏਜੰਸੀ ਵੱਲੋਂ ਲਾਇਆ ਗਿਆ, ਨਕਲੀ ਕਾਗਜ਼ ਸਬਮਿਟ ਕੀਤੇ ਗਏ, ਕਾਲਜਾਂ ਦੀਆਂ ਐਡਮਿਸ਼ਨਾਂ ਨਕਲੀ ਸੀਗੀਆਂ, ਜੀ ਆਈ ਸੀ ਅਕਾਊਂਟ ਨਕਲੀ ਸੀਗੇ, 150 ਦੇ ਕਰੀਬ ਇੱਕੋ ਹੀ ਏਜੰਸੀ ਦੇ ਬੱਚੇ ਅੰਬੈਸੀ ਨੇ ਬੈਨ ਕੀਤੇ। ਹੁਣ ਬੈਨ ਹੋ ਜਾਂਦਾ ਵਾ, ਜੇ ਕੋਈ ਰਿਫਿਊਜ਼ਲ ਹੋ ਜਾਂਦੀ ਹੈ ਤਾਂ ਉਹਨੂੰ ਨਹੀਂ ਪਤਾ ਕਿੱਦਾਂ ਲੜਾਈ ਲੜਨੀ, ਕੀ ਕਿੰਨਾ ਤੁਹਾਡਾ ਰਿਫਿਊਜ਼ ਹੋਇਆ ਵਾ। ਅਸੀਂ ਆਲਰੇਡੀ ਰਿਫਿਊਜ਼ਲ ਵਾਲੇ ਬੱਚਿਆਂ ਦੇ ਵੀਜ਼ਾ ਲੈ ਚੁੱਕੇ ਹਾਂ, ਵੀ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਕੋਸ਼ਿਸ਼ ਕਰਾਂਗੇ ਤੁਹਾਨੂੰ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਲੈ ਕੇ ਦੇਈਏ। ਬਾਕੀ ਜਿੰਨੇ ਵੀ ਹੋਰ ਮੇਰੇ ਕੋਲ ਸਵਾਲ ਨੇ, ਖਾਸ ਟੌਪਿਕ ਹੈ ਨਹੀਂ ਅੱਜ ਕਿਸੇ ਦਾ ਜਿਹਦੇ 'ਤੇ ਆਪਾਂ ਡਿਸਕਸ ਕਰ ਸਕਦੇ ਹਾਂ। ਜਨਰਲ ਤਰੀਕੇ ਨਾਲ ਡਿਸਕਸ਼ਨ ਨੂੰ ਅੱਗੇ ਵਧਾਵਾਂਗੇ ਕਿ ਬੈਂਡ ਕਿੰਨੇ ਚਾਹੀਦੇ ਆ। ਬੈਂਡ ਦੇਖੋ 6 ਸੀਟ ਚਾਹੀਦੀਆਂ ਹੁਣ ਹਰ ਕਿਸੇ ਦੇ ਧੰਦੇ ਲਈ, ਜਿਹੜੇ ਨਹੀਂ ਆਉਂਦੇ ਉਹ ਜਨਰਲ ਕੈਟਾਗਰੀ 'ਚ ਲੱਗੂ ਵੀ 5। ਗੈਪ ਕਿੰਨਾ ਚੱਲਦਾ? 5 ਸਾਲ ਦਾ ਗੈਪ ਆਰਾਮ ਨਾਲ ਚੱਲ ਜਾਂਦਾ, ਜੇਕਰ ਤੁਹਾਡੇ ਕੋਲ ਜਸਟੀਫਿਕੇਸ਼ਨ ਹੈਗੀ ਆ। ਤੁਸੀਂ ਡਾਕਟਰ ਹੋ, ਤੁਸੀਂ ਨਰਸ ਹੋ, ਤੁਸੀਂ ਇੰਜੀਨੀਅਰ ਹੋ, ਕਿਸੇ ਬੈਂਕ ਨੌਕਰੀ ਕਰਦੇ ਜੇ 8-10 ਸਾਲ ਹੋ ਗਏ ਪੜ੍ਹਾਈ ਛੱਡਿਆ, ਜੇਕਰ ਤੁਹਾਡੇ ਖਾਤੇ ਦੇ ਵਿੱਚ ਸੈਲਰੀ ਆਉਂਦੀ ਹੈ, ਤੁਹਾਡੇ ਕੋਲ ਸਾਰੇ ਪ੍ਰੂਫ ਹੈਗੇ ਆ ਕਿ ਤੁਸੀਂ ਪਿਛਲੇ 10 ਸਾਲ ਤੋਂ ਕੰਮ ਕਰਦੇ ਪਏ ਹੋ, ਯੈਸ ਯੂ ਆਰ ਵੈਲਕਮ, ਤੁਸੀਂ ਗੈਪ ਦੇ ਨਾਲ ਵੀ ਅਪਲਾਈ ਕਰ ਸਕਦੇ ਹੋ। ਨੰਬਰ ਕਿੰਨੇ ਚਾਹੀਦੇ ਆ? ਨੰਬਰ ਘੱਟੋ ਘੱਟ ਪਾਸ ਹੋਣੇ ਚਾਹੀਦੇ ਆ ਤੁਸੀਂ, ਬਾਕੀ ਜੇਕਰ ਤੁਸੀਂ ਫੇਲ ਵੀ ਹੈਗੇ ਤਾਂ ਵੀ ਕੋਈ ਨਾ ਹੱਲ ਕੱਢਿਆ ਜਾ ਸਕਦਾ, ਕਿਉਂਕਿ ਕਈ ਤਰ੍ਹਾਂ ਦੀ ਪੜ੍ਹਾਈ ਹੈ। ਅੱਜ ਕੈਨੇਡਾ ਦੇ ਵਿੱਚ ਜਿਹੜਾ ਵੀਜ਼ਾ ਮਿਲਦਾ ਪਿਆ ਵੋਕੇਸ਼ਨਲ ਕੁਆਲੀਫਿਕੇਸ਼ਨ ਹੈ, ਵੋਕੇਸ਼ਨਲ ਐਜੂਕੇਸ਼ਨ ਹੈ, ਜਿਹਦੇ ਵਿੱਚ ਤੁਸੀਂ ਡਿਪਲੋਮੇ ਲਈ ਜਾਂਦੇ ਹੋ। ਤੁਸੀਂ ਇਲੈਕਟ੍ਰੀਸ਼ੀਅਨ, ਕਾਰਪੈਂਟਰ, ਪਲੰਬਰ, ਬਿਜ਼ਨਸ, ਹੋਟਲ ਮੈਨੇਜਮੈਂਟ, IT, ਕਿਸੇ ਵੀ ਇੱਦਾਂ ਦੇ ਕਿੱਤੇ ਦੇ ਵਿੱਚ ਪੜ੍ਹਨ ਵਾਸਤੇ ਜਾ ਸਕਦੇ ਨੇ। ਇੱਦਾਂ ਦੇ ਕਿੱਤਿਆਂ 'ਚ ਪੜ੍ਹਨ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਸਬਜੈਕਟ ਹੈ ਜਿਨ੍ਹਾਂ ਦੇ ਵਿੱਚ ਮੈਥ ਦੀ ਲੋੜ ਨਹੀਂ ਹੁੰਦੀ, ਜਿਹਦੇ 'ਚ ਘੱਟ ਨੰਬਰਾਂ ਨਾਲ ਦਾਖਲਾ ਹੋ ਜਾਂਦਾ, ਅਤੇ ਨੰਬਰਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਅੱਜ ਜ਼ਿਆਦਾਤਰ 6 ਈਚ ਦੇ ਸਟੂਡੈਂਟ ਵਾਸਤੇ ਤਾਂ ਖੁਸ਼ੀ ਵਾਲਾ ਮਾਹੌਲ ਹੈ ਕਿ ਉਹਦਾ ਵੀਜ਼ਾ ਲੱਗ ਜੂਗਾ ਸੌਖਾ, ਬਾਕੀ ਜਿਨ੍ਹਾਂ ਦੇ 6 ਈਚ ਨਹੀਂ ਹੈਗੇ ਉਹ ਬੱਚੇ ਜਨਰਲ ਕੈਟਾਗਰੀ 'ਚ ਅਪਲਾਈ ਕਰਨ। ਜਦੋਂ ਵੀਜ਼ਾ ਰਿਫਿਊਜ਼ ਹੁੰਦਾ 2-2.5 ਲੱਖ ਰੁਪਇਆ ਖਰਾਬ ਹੁੰਦਾ, ਔਰ ਸਾਡੀ ਕੋਸ਼ਿਸ਼ ਕਿ ਪੈਸੇ ਉਦੋਂ ਲੈ ਕੇ ਜਾਣ ਜਦੋਂ ਵੀਜ਼ਾ ਲੱਗੇ। ਬਹੁਤ ਸਾਰੇ ਸਟੂਡੈਂਟ ਗੌਰਮੈਂਟ ਕਾਲਜ ਹੀ ਅਪਲਾਈ ਕਰਨਾ ਚਾਹੁੰਦੇ, ਗੌਰਮੈਂਟ ਕਾਲਜ ਦੇ ਵਿੱਚ ਅੱਜ ਸਤੰਬਰ ਦੇ ਸੈਸ਼ਨ ਦੀਆਂ ਥੋੜ੍ਹੀਆਂ ਸੀਟਾਂ ਰਹਿ ਗਈਆਂ, ਗੌਰਮੈਂਟ ਕਾਲਜ ਦੀਆਂ 3-3.5 ਮਹੀਨੇ ਬਾਅਦ ਅੱਜ ਆਫਰ ਲੈਟਰ ਤਕਰੀਰ ਜਾ ਗਏ ਗੌਰਮੈਂਟ ਕਾਲਜ, ਅਤੇ ਪ੍ਰਾਈਵੇਟ ਕਾਲਜ ਜਿੱਥੇ 1-2 ਦਿਨ ਦੇ ਵਿੱਚ ਆਫਰ ਲੈਟਰ ਦੇ ਦਿੰਦਾ ਸਾਡੇ ਨੰਬਰ ਦੇ ਉੱਤੇ ਕਾਲ ਕਰੋ, 7307530886, ਇਸ ਨੰਬਰ 'ਤੇ ਵਟਸਐਪ ਵੀ ਕਰ ਸਕਦੇ ਹੋ, ਇਸ ਨੰਬਰ ਦੇ ਉੱਤੇ ਫੋਨ ਵੀ ਕਰ ਸਕਦੇ ਹੋ, ਫੋਨ ਕਰਕੇ ਤੁਸੀਂ ਮੇਰਾ ਅਪੁਆਇੰਟਮੈਂਟ ਬਣਾਓ। ਜੋ ਵੀ ਤੁਹਾਡਾ ਸਵਾਲ ਹੈਗਾ ਸਾਡੀ ਕੋਸ਼ਿਸ਼ ਹੋਏਗੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ। 12th 'ਚ ਲੋਅ ਪਰਸੈਂਟੇਜ, ਹਾਂਜੀ, ਜੇਕਰ ਤੁਹਾਡੇ 33% ਨੰਬਰ ਵੀ ਹੈਗੇ ਤੁਸੀਂ ਪਾਸ ਹੈਗੇ ਹੋ, ਯੂ ਆਰ ਮੋਸਟ ਵੈਲਕਮ, ਜ਼ਰੂਰ ਸਾਡੇ ਕੋਲ ਆਇਓ। ਨੰਬਰਾਂ ਨਾਲ ਵੀ ਵੀਜ਼ਾ ਲੱਗਦਾ, ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਵੀ ਲੱਗਦਾ, ਕਿਸੇ ਵੀ ਤੁਹਾਡਾ ਹੋਰ ਡਾਊਟ ਹੈ ਤੁਸੀਂ ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਕਿਸੇ ਵੀ ਦਫ਼ਤਰ ਸੰਪਰਕ ਕਰ ਸਕਦੇ ਹੋ। ਧੰਨਵਾਦ।